ਦੀ ਕਿਰਪਾ ਕੀਤੀ। ਇਹ ਇਹ ਜਿਹੜੀ ਦਾਤ ਸਾਨੂੰ ਬਖਸ਼ੀ ਹੈ ਕਿ ਅਸੀਂ ਇਹ ਕਰਾਉਣ ਜੋਗੇ ਹੋਏ। ਸੋ ਇਹ ਜਦੋਂ ਇਹ ਕੰਪਲੀਟ ਹੋ ਗਿਆ ਰਸਤਾ ਅਤੇ ਲਾਂਘੇ ਨਾਲ ਜੁੜ ਗਿਆ, ਉਸ ਦਿਨ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨੂੰ ਅਤੇ ਮਾਨਯੋਗ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ, ਮੈਂ ਸਮਝਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਲਾਂਘਾ ਮਿਲਿਆ, ਉਹਨਾਂ ਦਾ ਸਨਮਾਨ ਜਿਹੜਾ ਹੈਗਾ ਇਲਾਕੇ ਦੀ ਸੰਗਤ ਵੱਲੋਂ ਅਸੀਂ ਧੰਨਵਾਦ ਜਿਹੜਾ ਹੈਗਾ ਕਰਨ ਵਾਸਤੇ ਉਚੇਚਾ ਇੱਕ ਸਮਾਗਮ ਰੱਖਾਂਗੇ ਜਿਸ ਦਿਨ ਇਹ ਰਸਤਾ ਕੰਪਲੀਟ ਹੋ ਗਿਆ ਕਨੈਕਟ। ਜਿਹੜਾ ਜੀ ਐਸ ਟੀ ਲੰਗਰ ਮਾਫ਼ ਕੀਤਾ ਨਾ, ਜੀ ਐਸ ਟੀ ਉਸ ਨੂੰ ਤੁਹਾਡਾ ਕੀ ਕਹਿਣਾ ਅਤੇ ਪਹਿਲਾਂ ਵੀ ਮਾਫ਼ ਹੋ ਸਕਦਾ ਸੀ? ਦੇਖੋ ਮੈਂ ਸਮਝਦਾ ਜਿਸ ਧਰ ਜਿਹੜਾ ਇਹ ਫੈਸਲਾ ਲਿੱਤਾ ਪਹਿਲਾਂ ਤਾਂ ਮੈਂ ਉਹਦੀ ਸ਼ਲਾਘਾ ਕਰਾਂ, ਅਤੇ ਹਾਲਾਂਕਿ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਟੈਕਨੀਕਲ ਟੋਨ ਸੀਗੀਆਂ, ਪਰ ਉਹਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਜਦੋ ਜਹਿਦ ਆ ਜਿਹੜੀ ਰੰਗ ਲਿਆਈ ਹਿੰਦੁਸਤਾਨ ਦੀ ਲੋਕ ਸਭਾ ਵਿੱਚ, ਮਾਨਯੋਗ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਨੇ ਇਸ ਇਸ਼ੂ ਨੂੰ ਰੱਖਿਆ, ਫਿਰ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਦੇ ਥੱਲੇ ਸ਼੍ਰੀ ਅਰੁਣ ਜੇਤਲੀ ਜੀ, ਅਮਿਤ ਸ਼ਾਹ ਜੀ ਨੂੰ ਮਿਲੇ ਜਾ ਕੇ, ਫਿਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਚਿੱਠੀ ਲਿਖੀ। ਲਗਾਤਾਰ ਨਿਰੰਤਰ ਯਤਨਾਂ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਜੀ ਐੱਸ ਟੀ ਵਾਲਾ ਫੈਸਲਾ ਕੇਂਦਰ ਸਰਕਾਰ ਨੇ ਕੀਤਾ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਜਿੱਥੋਂ ਤੱਕ ਦੇਰੀ ਦੀ ਗੱਲ ਆ, ਨਹੀਂ ਹੋਣੀ ਚਾਹੀਦੀ ਸੀ ਦੇਰੀ, ਪਹਿਲਾਂ ਹੋ ਜਾਣਾ ਚਾਹੀਦਾ ਸੀ ਫੈਸਲਾ। ਪਰ ਇਹਦਾ ਦੂਜਾ ਪਹਿਲੂ ਜੇ ਦੇਖੀਏ ਵੀ ਜਿਸ ਧਰਤੀ 'ਤੇ ਸ਼੍ਰੀ ਹਰਿਮੰਦਰ ਸਾਹਿਬ ਸਥਿਤ ਆ, ਜਦੋਂ ਉਸ ਸੂਬੇ ਦੀ ਸਰਕਾਰ ਨੇ ਇੱਕ ਸਾਲ ਦਾ ਸਮਾਂ ਲਾਤਿਆ ਹੋਵੇ ਇਹ ਫੈਸਲਾ ਕਰਨ ਨੂੰ, ਅਤੇ ਮੈਂ ਸਮਝਦਾ ਦੂਜਿਆਂ ਨੂੰ ਅਸੀਂ ਕੀ ਲਾਂਭੇ ਦਈਏ, ਕਿਸ ਮੂੰਹ ਨਾਲ ਲਾਂਭੇ ਦਈਏ। ਅਤੇ ਪਰ ਮੈਂ ਇਹ ਕਹਿੰਦਾ ਵੀ ਫੈਸਲਾ ਦੇਰ ਨਾਲ ਆਇਆ, ਪਰ ਉਹਨਾਂ ਨੇ, ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਸੀਗੀ, ਪਰ ਉਹਨਾਂ ਨੇ ਸਾਡੇ ਪੰਜੇ ਤੱਕ ਸਹਿਬਾਨ ਵੀ ਜਿਹੜੀ ਇਹ ਨਵੀਂ ਪਾਲਿਸੀ ਆਈ ਆ ਉਹਦੇ ਵਿੱਚ ਕਵਰ ਹੁੰਦੇ ਨੇ, ਅਤੇ ਹੋਰ ਵੀ ਅਨੇਕਾਂ ਗੁਰੂ ਘਰ ਗੁਰਦੁਆਰਾ ਸਾਹਿਬਾਨ ਜਿਹੜੇ ਹੈਗੇ ਇਹਦੇ ਵਿੱਚ ਕਵਰ ਹੁੰਦੇ ਨੇ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਜਿੱਥੇ ਗਰੀਬ ਲੋਕ ਜਿਹੜੇ ਆਉਂਦੇ ਨੇ, ਜਿੱਥੇ ਗੁਰੂ ਘਰ ਦਾ ਲੰਗਰ ਹਰ ਭੁੱਖੇ ਦਾ ਪੇਟ ਭਰਦਾ, ਉੱਥੇ ਸ਼ਰਧਾ ਸਤਿਕਾਰ ਲੈ ਕੇ ਹਰ ਧਰਮ ਦਾ ਵਿਅਕਤੀ ਆਉਂਦਾ। ਖਾਸ ਤੌਰ 'ਤੇ ਸ਼੍ਰੀ ਦਰਬਾਰ ਸਾਹਿਬ ਤਾਂ ਮੈਂ ਸਮਝਦਾ ਸੰਸਾਰ ਭਰ ਦੇ ਵਿੱਚੋਂ ਹਰ ਧਰਮ ਨਾਲ ਜੁੜਿਆ ਹੋਇਆ ਵਿਅਕਤੀ ਜਿਹੜਾ ਉੱਥੇ ਆਉਂਦਾ। ਸੋ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਜਿਹੜਾ ਅੱਜ ਦਾ ਨੀਂਹ ਪੱਥਰ ਸਾਡੇ ਮਾਨਯੋਗ ਐੱਮ ਐੱਲ ਏ ਸਾਹਿਬ ਹਰਿੰਦਰਪਾਲ ਸਿੰਘ ਚੰਦੂਮਾਜਰੇ ਨੇ ਰੱਖਿਆ, ਅਤੇ ਇਹ ਰਸਤਾ ਸਾਡੇ ਬਾਬਾ ਕਾਰ ਸਾਹਿਬ ਵਾਲੇ ਬਾਬਾ ਬਲਵੀਰ ਸਿੰਘ ਜੀ, ਜੋ ਇਸ ਹਲਕੇ ਦੇ ਗੁਰਦੁਆਰਾ ਸਾਹਿਬਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਵੱਲੋਂ ਰੱਖਿਆ ਗਿਆ। ਅਤੇ ਇਸ ਰਸਤੇ ਦਾ ਮਕਸਦ ਸੰਗਤ ਦੀ ਬਹੁਤ ਵੱਡੀ ਇੱਕ ਮੰਗ ਸੀ, ਕਿਉਂਕਿ ਪਹਿਲਾਂ ਸਿੰਗਲ ਰੋਡ ਸੀ, ਇਸ ਕਰਕੇ ਜਿਹੜੀ ਹੁਣ ਡਬਲ ਰੋਡ ਹੋ ਗਈ ਉਸ ਦਾ ਇਲਾਕੇ ਦੀ ਸੰਗਤ ਦਾ, ਕਿਉਂਕਿ ਵਿਸਾਖੀ ਦਾ ਜੋ ਤਿਉਹਾਰ ਹੈ ਗੁਰਪੁਰਬ ਹੁੰਦੇ ਆ ਜਦੋਂ ਸੰਗਤ ਬਹੁਤ ਆਉਂਦੀ ਹੈ, ਇਸ ਦਾ ਸਾਰੀ ਸੰਗਤ ਨੂੰ ਬਹੁਤ ਫਾਇਦਾ ਹੋਏਗਾ। ਜਿਹੜਾ ਸਾਹਮਣੇ ਇੱਕ ਹਾਈਵੇ ਲੰਘਦਾ ਉਹ ਰਸਤਾ ਜੋ ਮਾਨਯੋਗ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਸਮੇਂ ਇਹ ਸੰਗਤ ਵਾਸਤੇ ਬੜੇ ਹੀ ਸੈਂਟਰ ਗੌਰਮੈਂਟ ਕੋਲ ਜਾ ਕੇ ਮੰਤਰੀ ਕੋਲ ਜਾ ਕੇ ਇਸ ਰਸਤੇ ਨੂੰ ਖੁਲਵਾਇਆ, ਉਸ ਦਾ ਵੀ ਐਕਸੀਡੈਂਟ ਦਾ ਇੱਕ ਬਹੁਤ ਸਾਨੂੰ ਹੋਣ ਤੋਂ ਪੈਦਾ ਹੋਇਆ। ਸੋ ਅਸੀਂ ਸਾਰੇ ਹੀ ਇਸ ਇਲਾਕੇ ਦੇ ਲੋਕਾਂ ਵੱਲੋਂ ਧੰਨਵਾਦ ਕਰਦੇ ਹਾਂ ਸਾਡੇ ਗਡਕਰੀ ਦਾ, ਚੰਦੂਮਾਜਰਾ ਸਾਹਿਬ ਦਾ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਐੱਮ ਐੱਲ ਏ ਸਰਦਾਰ ਜਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਦੇ ਉਦਮ ਸਦਕਾ ਇਹ ਅੱਜ ਰਸਤਾ ਸਾਡੀ ਸੰਗਤ ਵਾਸਤੇ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।